ਧੰਨ ਧੰਨ ਬਾਬਾ ਸ਼੍ਰੀ ਚੰਦ ਜੀ। ਅੱਜ ਅਸੀਂ ਸਾਧ ਸੰਗਤ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਇੱਕ ਮਹਾਨ ਚਮਤਕਾਰ ਅਤੇ ਇੱਕ ਪ੍ਰੇਮ ਭਰੀ ਕਥਾ ਸੁਣਾਉਣ ਜਾ ਰਹੇ ਹਾਂ। ਜਦੋਂ ਬਾਬਾ ਸ਼੍ਰੀ ਚੰਦ ਜੀ ਕਸ਼ਮੀਰ ਪਹੁੰਚੇ ਤਾਂ ਉੱਥੋਂ ਦਾ ਹਾਕਮ ਉੱਥੋਂ ਦੇ ਲੋਕਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ। ਜਦੋਂ ਬਾਬਾ ਸ਼੍ਰੀ ਚੰਦ ਜੀ ਉੱਥੇ ਧੂਣੀ ਲਗਾਈ ਬੈਠੇ ਸਨ ਤਾਂ ਉੱਥੋਂ ਦੇ ਕੁਝ ਲੋਕ ਬਾਬਾ ਜੀ ਦੇ ਅੱਗੇ ਫਰਿਆਦ ਲੈ ਕੇ ਆਏ ਕਿ ਬਾਬਾ ਜੀ ਸਾਡੇ ਧਰਮ ਦੀ ਰੱਖਿਆ ਕਰੋ। ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਹੈ, ਭਾਵੇਂ ਕੋਈ ਵੀ ਧਰਮ ਦਾ ਹੋਵੇ, ਕਿਸੇ ਨੂੰ ਵੀ ਆਪਣਾ ਧਰਮ ਛੱਡਣ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੇ ਨਾਲ ਹਾਂ ਅਤੇ ਉਹ ਕਰਤਾਰ ਸਦਾ ਤੁਹਾਡੇ ਨਾਲ ਹੈ। ਕਿਸੇ ਵੀ ਆਦਮੀ ਨੂੰ ਆਪਣਾ ਧਰਮ ਛੱਡਣ ਦੀ ਜ਼ਰੂਰਤ ਨਹੀਂ, ਡਰ ਕੇ ਤਾਂ ਬਿਲਕੁਲ ਵੀ ਨਹੀਂ। ਆਪਣਾ ਧਰਮ ਛੱਡਣਾ, ਭਾਵੇਂ ਕੋਈ ਵੀ ਧਰਮ ਦਾ ਹੋਵੇ, ਹਮੇਸ਼ਾ ਆਪਣੇ ਧਰਮ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹੈ। ਇਸੇ ਵਿੱਚ ਹੀ ਪਰਮਾਤਮਾ ਖੁਸ਼ ਹੁੰਦੇ ਹਨ। ਆਪ ਜੀ ਦਾ ਜੋਸ਼ ਭਰਿਆ ਸੰਦੇਸ਼ ਸੁਣ ਕੇ ਸਾਰੇ ਲੋਕਾਂ ਵਿੱਚ ਆਪਣੇ ਧਰਮ ਦੇ ਪ੍ਰਤੀ ਸ਼ਰਧਾ ਹੋਰ ਵੱਧ ਗਈ। ਜਿਨ੍ਹਾਂ ਨੇ ਆਪਣਾ ਧਰਮ ਛੱਡ ਦਿੱਤਾ ਸੀ ਵਾਪਸ ਉਹ ਆਪਣੇ ਧਰਮ ਵਿੱਚ ਆ ਗਏ। ਬਹੁਤ ਸਾਰੇ ਲੋਕ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਅਤੇ ਬਾਬਾ ਜੀ ਦਾ ਸੰਦੇਸ਼ ਸੁਣ ਕੇ ਖੁਸ਼ੀ ਖੁਸ਼ੀ ਘਰ ਨੂੰ ਜਾਂਦੇ। ਜਦੋਂ ਇਹ ਘਟਨਾ ਉੱਥੋਂ ਦੇ ਹਾਕਮ ਨੇ ਸੁਣੀ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ। ਜਦੋਂ ਮਹਿਲਾਂ ਵਿੱਚ ਇਹ ਸੰਦੇਸ਼ ਪਹੁੰਚਿਆ ਕਿ ਇੱਕ ਫਕੀਰ ਸਾਈਂ ਆਏ ਹੋਏ ਹਨ ਜੋ ਲੋਕਾਂ ਨੂੰ ਆਪਣਾ ਧਰਮ ਮੰਨਣ ਦਾ ਸੰਦੇਸ਼ ਦੇ ਰਹੇ ਹਨ, ਇਹ ਖਬਰ ਜਦੋਂ ਮੀਰ ਯਕੂਬ ਖਾਨ ਨੂੰ ਪਤਾ ਲੱਗੀ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਅਤੇ ਆਪਣੇ ਸੈਨਿਕਾਂ ਦੇ ਸਮੇਤ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਪਹੁੰਚ ਗਿਆ ਅਤੇ ਬਾਬਾ ਜੀ ਦੇ ਅੱਗੇ ਖੜਾ ਹੋ ਕੇ ਗੁੱਸੇ ਵਿੱਚ ਬੋਲਿਆ ਕਿ ਹੇ ਫਕੀਰ ਸਾਈਂ, ਜਿਨ੍ਹਾਂ ਨੂੰ ਮੈਂ ਜ਼ਬਰਦਸਤੀ ਆਪਣੇ ਧਰਮ ਵਿੱਚ ਲਿਆ ਰਿਹਾ ਹਾਂ, ਤੁਸੀਂ ਉਹਨਾਂ ਨੂੰ ਆਪਣੇ ਧਰਮ ਵਿੱਚ ਰਹਿਣ ਦਾ ਸੰਦੇਸ਼ ਦੇ ਰਹੇ ਹੋ। ਤੁਸੀਂ ਫਕੀਰ ਸਾਈਂ ਹੋ, ਅੱਲਾ ਦਾ ਰੂਪ ਦਿਖਾਈ ਦੇ ਰਹੇ ਹੋ, ਤੁਸੀਂ ਮੇਰੇ ਖਿਲਾਫ ਬਗਾਵਤ ਕਿਉਂ ਫੈਲਾ ਰਹੇ ਹੋ? ਇੰਨੇ ਤਪੱਸਵੀ ਸਾਧੂ ਹੋ ਕੇ ਵੀ ਤੁਸੀਂ ਧੁੱਪ ਵਿੱਚ ਬੈਠੇ ਹੋ, ਤੁਸੀਂ ਦੂਸਰਿਆਂ ਨੂੰ ਸਾਂ ਕੀ ਦੇਣੀ ਹੈ? ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਇਹ ਸ਼ਬਦ ਉਸ ਹੰਕਾਰੀ ਹਾਕਮ ਦੇ ਸੁਣੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਕੋਈ ਵੀ ਜਵਾਬ ਨਾ ਦਿੱਤਾ। ਧੂਣੇ ਵਿੱਚੋਂ ਇੱਕ ਬਲਦੀ ਹੋਈ ਚਨਾਰ ਦੀ ਲੱਕੜ ਕੱਢ ਕੇ ਜ਼ਮੀਨ ਵਿੱਚ ਕੱਢ ਦਿੱਤੀ। ਦੇਖਦੇ ਦੇਖਦੇ ਉਹ ਬਹੁਤ ਵੱਡਾ ਦਰਖਤ ਬਣ ਗਈ। ਨੀਚੇ ਲੱਕੜ ਬਲ ਰਹੀ ਸੀ, ਉੱਪਰ ਦਰਖਤ ਦੇ ਪੱਤੇ ਟਾਹਣੀਆਂ ਨਿਕਲ ਰਹੀਆਂ ਸਨ। ਜਦੋਂ ਮੀਰ ਯਕੂਬ ਖਾਨ ਨੇ ਇਹ ਚਮਤਕਾਰ ਦੇਖਿਆ ਤਾਂ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫ਼ੀ ਮੰਗਣ ਲੱਗਾ। ਉੱਪਰ ਤਾਂ ਦਰਖਤ ਬਣ ਚੁੱਕਾ ਸੀ, ਨੀਚੇ ਲੱਕੜ ਅਜੇ ਵੀ ਜਲ ਰਹੀ ਸੀ। ਇਹ ਦੇਖ ਕੇ ਉਸ ਹਾਕਮ ਦੇ ਮੂੰਹੋਂ ਨਿਕਲਿਆ ਸੁਬਾਨ ਅੱਲਾ। ਇਹ ਕਹਿ ਕੇ ਉਹ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਮਾਫ਼ੀ ਮੰਗਣ ਲੱਗਾ ਅਤੇ ਕਹਿਣ ਲੱਗਾ ਕਿ ਮੈਨੂੰ ਮੁਆਫ਼ ਕਰੋ,
ਬਾਬਾ ਸ਼੍ਰੀ ਚੰਦ ਜੀ ਨੇ ਉਸ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਖੁਦਾ ਤਾਂ ਇੱਕ ਹੈ, ਉਸ ਦਾ ਇਹ ਧਰਤੀ ਇੱਕ ਬਾਗ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਬੂਟੇ ਵੇਲ ਪੱਤੇ ਹਨ। ਤੁਸੀਂ ਉਸ ਬਾਗ ਦੇ ਮਾਲੀ ਹੋ, ਤੁਹਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਰ ਇੱਕ ਵੇਲ ਬੂਟੇ ਨੂੰ ਪਾਣੀ ਦੇਣ ਦਾ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ। ਪਰਮਾਤਮਾ ਅੱਲਾ ਇੱਕ ਹੈ ਅਤੇ ਜੇਕਰ ਉਸ ਦੀ ਕਿਰਪਾ ਹੋਵੇ ਤਾਂ ਪਿੰਗਲਾ ਵੀ ਪੱਥਰ ਦਾ ਪਹਾੜ ਚੜ੍ਹ ਸਕਦਾ ਹੈ। ਯਕੂਬ ਖਾਨ ਨੇ ਅੱਗੇ ਤੋਂ ਜਾਤ ਪਾਤ ਦਾ ਵਿਤਕਰਾ ਕਰਨਾ ਛੱਡ ਦਿੱਤਾ ਅਤੇ ਸਾਰਿਆਂ ਨੂੰ ਧਰਮ ਦੀ ਆਜ਼ਾਦੀ ਦੇ ਦਿੱਤੀ। ਹੁਣ ਮੰਦਰਾਂ ਦੇ ਵਿੱਚ ਘੜਿਆਲ ਵੱਜਣੇ ਸ਼ੁਰੂ ਹੋ ਗਏ। ਉਸਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ, 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 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ।